ਮਦਰ ਟੈਰੇਸਾ ਨੇ ਗਰੀਬ ਤੋਂ ਗਰੀਬ ਲਈ ਕੰਮ ਕੀਤਾ, ਉਹਨਾਂ ਦੀ ਮਦਦ ਕੀਤੀ। 4-5 ਸਾਲ ਪੁਰਾਣੀ ਜ਼ੇਰੋਕਸ ਸ਼ੀਟ ਲਵੋ, ਉਸ ਦੀ ਲੰਬਾਈ 3 ਸੈਂਟੀਮੀਟਰ ਦੇ ਕਾਗਜ਼ ਦੀ ਬਰੀਕ ਤੈਅ ਮਾਰੋ। ਬਰੀਕ ਤੈਅ ਨੂੰ ਹੁਣ ਉਲਟਾ ਕੇ 3 ਹਿੱਸਿਆਂ ਵਿੱਚ ਵੰਡ ਦਿਓ। ਤਿੰਨੋਂ ਹਿੱਸਿਆਂ ਨੂੰ ਆਪਸ ਵਿੱਚ ਲਿਫਾਫੇ ਦੀ ਤਰ੍ਹਾਂ ਜੋੜੋ। ਹੁਣ ਕਾਗਜ਼ ਦਾ ਪਾਸਾ ਉਲਟਾਓ ਅਤੇ 2 ਤ੍ਰਿਕੋਣ ਕੋਨਿਆਂ ਨੂੰ ਬਣਾਓ। ਹੁਣ ਉੱਪਰਲੇ ਕੋਨੇ ਨੂੰ ਜੇਬ ਵਿੱਚ ਡੂੰਘਾ ਫੋਲਡ ਕਰ ਦਿਓ। ਮਦਰ ਟੈਰੇਸਾ ਗਰੀਬਾਂ ਨਾਲ ਮਿਲਦੀ ਜੁਲਦੀ ਸੀ। ਉਹ ਗਰੀਬਾਂ ਕੋਲ ਨਾ ਕੱਪੜੇ ਸੀ ਅਤੇ ਨਾ ਹੀ ਦਵਾਈ ਅਤੇ ਦਵਾਈ ਰੱਖਣ ਦੀ ਜੇਬ। ਮਦਰ ਟੈਰੇਸਾ ਦੀ ਇਹ ਜੇਬ ਮਰੀਜ਼ਾਂ ਦੇ ਗਲ ਵਿੱਚ ਟੰਗੀ ਜਾਂਦੀ, ਉਸੇ ਤਰ੍ਹਾਂ ਜਿਵੇਂ ਅੱਜ ਕੱਲ੍ਹ ਲੋਕ ਮੋਬਾਈਲ ਫੋਨ ਟੰਗ ਲੈਂਦੇ ਹਨ, ਜਿਵੇਂ ਇਸ ਔਰਤ ਨੇ ਟੰਗਿਆ ਹੈ।